ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਸੋ 50 ਮਿੰਟ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ। ਅਤੇ ਸਿੱਖਾਂ ਦਾ ਸਭ ਤੋਂ ਪਸੰਦੀਦਾ ਰਾਜਾ ਅਤੇ ਪਸੰਦੀਦਾ ਰਾਜ ਮਹਾਰਾਜਾ ਰਣਜੀਤ ਸਿੰਘ ਜੀ ਦਾ ਸੀ, ਇਹ ਤਾਂ ਸਭ ਨੂੰ ਪਤਾ ਹੈ, ਜਿਸ ਨੂੰ ਖਾਲਸਾ ਰਾਜ ਕਿਹਾ ਜਾਂਦਾ ਸੀ। ਅਤੇ ਅੱਜ ਤੱਕ ਉਸ ਰਾਜ ਨੂੰ ਲੋਕ ਯਾਦ ਕਰਦੇ ਨੇ ਜਿਸ ਵਿੱਚ ਸਾਰੇ ਧਰਮਾਂ ਦੇ ਲੋਕ ਇੱਕ ਬਰਾਬਰ ਸੀ, ਸਾਰਿਆਂ ਲਈ ਇੱਕੋ ਬਰਾਬਰ ਹੱਕ ਅਤੇ ਸਾਰਿਆਂ ਲਈ ਇੱਕੋ ਤਰ੍ਹਾਂ ਦੀ ਸਜ਼ਾ, ਅਤੇ ਜਿਸ ਬਾਰੇ ਅਸੀਂ ਬਹੁਤ ਸਾਰੀਆਂ ਵੀਡੀਓਜ਼ ਵਿੱਚ ਦੱਸ ਚੁੱਕੇ ਹਾਂ। ਅਤੇ ਜ਼ਿਆਦਾ ਜਾਣਕਾਰੀ ਲਈ ਤੁਸੀਂ ਸਾਡੀ ਮਹਾਰਾਜਾ ਰਣਜੀਤ ਸਿੰਘ ਜੀ 'ਤੇ ਵੀਡੀਓ ਬਣਾਈ ਹੋਈ ਦੇਖ ਸਕਦੇ ਹੋ। ਅਤੇ ਅੱਜ ਆਪਾਂ ਗੱਲ ਕਰਾਂਗੇ ਸਿੱਖਾਂ ਦੇ ਆਖਰੀ ਮਹਾਰਾਜੇ ਦਲੀਪ ਸਿੰਘ ਜੀ ਬਾਰੇ। ਅਤੇ ਮਹਾਰਾਣੀ ਜਿੰਦ ਕੌਰ ਬਾਰੇ ਵੀ ਅਸੀਂ ਪਿਛਲੀ ਵੀਡੀਓ ਵਿੱਚ ਬਹੁਤ ਕੁਝ ਦੱਸਿਆ ਸੀ। ਅਤੇ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਮਹਾਰਾਜਾ ਦਲੀਪ ਸਿੰਘ ਜੀ ਦੇ ਰਾਜਾ ਬਣਨ ਤੋਂ ਲੈ ਕੇ ਬਾਅਦ ਵਿੱਚ ਅੰਗਰੇਜ਼ਾਂ ਦੇ ਕੋਲ ਜਾ ਕੇ ਐਸ਼ੋ ਆਰਾਮ ਦੀ ਜ਼ਿੰਦਗੀ ਜੀਣੀ, ਅਤੇ ਉਸ ਤੋਂ ਬਾਅਦ ਫਿਰ ਆਪਣਾ ਫਰਜ਼ ਸਮਝ ਕੇ ਅੰਗਰੇਜ਼ਾਂ ਖਿਲਾਫ਼ ਹੀ ਵਿਦਰੋਹ ਕਰਨਾ। ਸੋ ਇਹ ਸਾਰਾ ਸਫ਼ਰ ਉਹਨਾਂ ਦਾ ਕਿਵੇਂ ਦਾ ਰਿਹਾ, ਇਹ ਸਾਰੀਆਂ ਗੱਲਾਂ ਬਾਰੇ ਅੱਜ ਆਪਾਂ ਗੱਲ ਕਰਨ ਵਾਲੇ ਹਾਂ। ਅਤੇ ਮਹਾਰਾਜਾ ਦਲੀਪ ਸਿੰਘ ਜੀ ਬਾਰੇ ਹੋਰ ਵੀ ਇੱਦਾਂ ਦੀਆਂ ਇਨਫੋਰਮੇਸ਼ਨਾਂ ਨੇ ਜੋ ਸ਼ਾਇਦ ਤੁਹਾਨੂੰ ਪਹਿਲਾਂ ਨਹੀਂ ਪਤਾ ਹੋਣਗੀਆਂ, ਜਿਨ੍ਹਾਂ ਬਾਰੇ ਅੱਜ ਆਪਾਂ ਇਸ ਵੀਡੀਓ ਦੌਰਾਨ ਗੱਲ ਕਰਾਂਗੇ। ਬਰਸੋਂ ਰਹਾ ਜਿਨਕੇ ਸਰਪਰ ਛਤਰ ਜਰੀ, ਤਰਬਤ ਪਹਿਨ ਉਨਕੀ ਸ਼ਮਿਆਨਾ ਦੇਖਾ। ਇਹ 17 ਮਹਾਰਾਜਾ ਦਲੀਪ ਸਿੰਘ ਦੇ ਜੀਵਨ 'ਤੇ ਬਹੁਤ ਸਹੀ ਟੁਕਦੀਆਂ ਨੇ। ਮਹਾਰਾਜਾ ਦਲੀਪ ਸਿੰਘ ਦਾ ਜਨਮ 6 ਸਤੰਬਰ 1838 ਨੂੰ ਲਾਹੌਰ ਪਾਕਿਸਤਾਨ ਵਿੱਚ ਹੋਇਆ। ਜਦੋਂ ਦਲੀਪ ਸਿੰਘ 5 ਸਾਲ ਦੇ ਹੋਏ ਤਾਂ ਉਹਨਾਂ ਨੂੰ 15 ਸਤੰਬਰ 1843 ਈਸਵੀ ਨੂੰ ਮਹਾਰਾਜ ਦੀ ਗੱਦੀ 'ਤੇ ਬਿਠਾ ਦਿੱਤਾ। ਉਸੇ ਦਿਨ ਰਾਜਾ ਧਿਆਨ ਸਿੰਘ ਡੋਗਰੇ ਦੀ ਮੌਤ ਹੋਈ ਸੀ, ਅਤੇ ਸਰਦਾਰ ਲਹਿਣਾ ਸਿੰਘ ਸੰਧਾਵਾਲੀਆ ਨੇ ਨਵੇਂ ਮਹਾਰਾਜਾ ਨੂੰ ਇਸ ਦੇ ਲਹੂ ਨਾਲ ਰਾਜ ਤਿਲਕ ਕਰਨ ਲਈ ਕਿਹਾ। ਕੇਸਰ ਦੀ ਥਾਂ 'ਤੇ ਇਨਸਾਨੀ ਲਹੂ ਨਾਲ ਰਾਜ ਤਿਲਕ ਕਰਨਾ ਇਹ ਸ਼ਗਨ ਚੰਗਾ ਨਹੀਂ ਸੀ, ਪਰ ਮਹਾਰਾਣੀ ਜਿੰਦਾ ਚੁੱਪ ਰਹੀ ਕਿਉਂਕਿ ਉਹ ਸੰਧਾਵਾਲੀਏ ਦਾ ਅਹਿਸਾਨ ਮੰਨਦੀ ਸੀ, ਕਿਉਂਕਿ ਉਹਨਾਂ ਕਰਕੇ ਹੀ ਦਲੀਪ ਸਿੰਘ ਮਹਾਰਾਜਾ ਬਣ ਰਿਹਾ ਸੀ। ਪਰ ਇਸ ਤੋਂ ਬਾਅਦ ਬਹੁਤ ਸਾਰੀਆਂ ਮਾੜੀਆਂ ਘਟਨਾਵਾਂ ਬਹੁਤ ਛੇਤੀ ਛੇਤੀ ਘਟੀਆਂ, ਜਿਵੇਂ ਖਾਲਸਾ ਫੌਜਾਂ ਦਾ ਆਪਸ ਵਿੱਚ ਭਿੜਨਾ, ਕੰਵਰ ਕਸ਼ਮੀਰਾ ਸਿੰਘ ਅਤੇ ਪਿਸ਼ੌਰ ਸਿੰਘ ਦਾ ਕਤਲ ਅਤੇ ਹੋਰ ਬਹੁਤ ਕੁਝ। ਅਤੇ ਦੂਜੇ ਪਾਸੇ ਗੁਲਾਬ ਸਿੰਘ ਡੋਗਰਾ ਅਤੇ ਮਿਸਰ ਲਾਲ ਸਿੰਘ ਖੁਦ ਰਾਜਸੀ ਤਾਕਤ ਪਾਉਣ ਲਈ ਅੰਗਰੇਜ਼ਾਂ ਨਾਲ ਰਲ ਗਏ। ਉਹਨਾਂ ਨੇ ਕਿਹਾ ਕਿ ਅਸੀਂ ਖਾਲਸਾ ਫੌਜ ਨੂੰ ਹਰਾਉਣ ਲਈ ਤੁਹਾਡੀ ਮਦਦ ਕਰਾਂਗੇ, ਅਤੇ ਲਾਹੌਰ ਦਰਬਾਰ ਵਿੱਚ ਤੁਹਾਡੀਆਂ ਸ਼ਰਤਾਂ ਮੰਨ ਕੇ ਸਮਝੌਤਾ ਵੀ ਕਰ ਲਵਾਂਗੇ। ਇਸ ਤੋਂ ਬਾਅਦ ਫਿਰ ਅੰਗਰੇਜ਼ਾਂ ਅਤੇ ਖਾਲਸਾ ਫੌਜ ਵਿਚਕਾਰ ਸਤਲੁਜ ਕੰਢੇ ਲੜਾਈ ਹੋਈ। ਸੋ ਅੰਗਰੇਜ਼ ਤਾਂ ਇੱਥੇ ਸਿੱਧਾ ਵੜ ਹੀ ਨਹੀਂ ਸਕਦੇ ਸੀ, ਉਹਨਾਂ ਨੇ ਪਹਿਲਾਂ ਰਾਜ ਨੂੰ ਅੰਦਰੋਂ ਕਮਜ਼ੋਰ ਕੀਤਾ, ਅਤੇ ਆਪਣੇ ਕੁਝ ਰਲੇ ਬੰਦਿਆਂ ਨੇ ਲੜਾਈ ਦੌਰਾਨ ਬਰੂਦ ਦੀ ਥਾਂ ਸਰੋਂ ਦੀਆਂ ਬੋਰੀਆਂ ਭੇਜ ਦਿੱਤੀਆਂ। ਸੋ ਇਸ ਕਰਕੇ ਉਹਨਾਂ ਨੇ ਆਪਣੀਆਂ ਹੀ ਕੁਝ ਬੇੜੀਆਂ ਡੋਬ ਕੇ ਸਿੱਖ ਕੌਮ ਨੂੰ ਹਰਾਉਣ ਦਾ ਪੂਰਾ ਉਪਰਾਲਾ ਕੀਤਾ, ਅਤੇ ਇਸ ਤਰ੍ਹਾਂ ਫਿਰ ਸਿੱਖ ਫੌਜਾਂ ਹਾਰੀਆਂ ਅਤੇ ਅੰਗਰੇਜ਼ ਜਿੱਤ ਕੇ ਲਾਹੌਰ ਰਾਜ ਵਿੱਚ ਦਾਖਲ ਹੋ ਗਏ। ਅਤੇ ਉੱਥੇ ਲਾਰਡ ਹਾਰਡਿੰਗ ਨੇ ਕੁਝ ਸ਼ਰਤਾਂ ਸਿੱਖਾਂ ਅੱਗੇ ਰੱਖੀਆਂ ਅਤੇ ਰਾਜ ਪ੍ਰਬੰਧ ਚਲਾਉਣ ਲਈ ਆਪਣੇ ਮੈਂਬਰ ਕੌਂਸਲ ਵਿੱਚ ਸ਼ਾਮਲ ਕਰ ਦਿੱਤੇ। ਉਸ ਸਮੇਂ ਰਾਜ ਵਿੱਚ ਦਰਬਾਰ ਅੰਦਰ ਖੱਬੇ ਪਾਸੇ ਸਿੱਖ ਅਤੇ ਸੱਜੇ ਪਾਸੇ ਅੰਗਰੇਜ਼ ਬੈਠਦੇ, ਅਤੇ ਰਾਜ ਗੱਦੀ 'ਤੇ ਦਲੀਪ ਸਿੰਘ ਹੀ ਬੈਠਦਾ ਸੀ, ਅਤੇ ਦੋਨੋਂ ਜਣੇ ਅੱਧਾ ਅੱਧਾ ਰਾਜ ਚਲਾ ਰਹੇ ਸੀ। ਪਰ ਸੋਚਣ ਵਾਲੀ ਗੱਲ ਇਹ ਹੈ ਕਿ ਉਹ 0 ਤੋਂ ਅੱਧੇ 'ਤੇ ਆ ਗਏ ਸੀ, ਪੂਰੇ ਵਾਲੇ ਪੂਰੇ ਤੋਂ ਅੱਧੇ 'ਤੇ। ਉਸ ਸਮੇਂ ਮਹਾਰਾਣੀ ਜਿੰਦ ਕੌਰ ਦਲੀਪ ਸਿੰਘ ਨੂੰ ਧਰਮ ਨਾਲ ਜੋੜਨ ਲਈ ਬਹੁਤ ਯਤਨ ਕਰ ਰਹੀ ਸੀ। ਉਸ ਨੇ 2 ਵਿਦਵਾਨ ਗ੍ਰੰਥੀ ਦਲੀਪ ਸਿੰਘ ਨੂੰ ਗੁਰਮੁਖੀ ਅਤੇ ਧਾਰਮਿਕ ਵਿੱਦਿਆ ਦੇਣ ਲਈ ਰੱਖੇ ਹੋਏ ਸੀ। ਦਲੀਪ ਸਿੰਘ ਹਰ ਰੋਜ਼ ਦੋਵੇਂ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਸੁਣਦਾ, ਅਤੇ ਉਹਨਾਂ ਨੂੰ ਇੱਕ ਇੱਕ ਸ਼ਬਦ ਦਾ ਅਰਥ ਸਮਝਾਇਆ ਜਾਂਦਾ, ਅਤੇ ਪ੍ਰਾਤਨ ਸਿੱਖ ਯੋਧਿਆਂ ਸ਼ਹੀਦਾਂ ਦੀਆਂ ਸਾਖੀਆਂ ਮਹਾਰਾਣੀ ਜਿੰਦਾ ਰਾਤ ਨੂੰ ਸੌਣ ਤੋਂ ਪਹਿਲਾਂ ਸੁਣਾਉਂਦੀ। ਇਹ ਸਭ ਕੁਝ ਇਸ ਕਰਕੇ ਕੀਤਾ ਜਾਂਦਾ ਤਾਂ ਕਿ ਉਹ ਪੰਜਾਬ ਦਾ ਯੋਗ ਬਾਦਸ਼ਾਹ ਬਣ ਸਕੇ, ਅਤੇ ਉਸ ਨੂੰ ਚੰਗੀ ਤਰ੍ਹਾਂ
ਜਾਣ ਸਕੇ। ਪਰ ਅੰਗਰੇਜ਼ ਇਸ ਗੱਲ ਨੂੰ ਕਿਵੇਂ ਬਰਦਾਸ਼ਤ ਕਰਦੇ? ਉਹਨਾਂ ਨੇ ਸਕੀਮਾਂ ਘੜ ਕੇ ਮਹਾਰਾਣੀ ਨੂੰ ਦਲੀਪ ਸਿੰਘ ਤੋਂ ਅਲੱਗ ਕਰ ਦਿੱਤਾ, ਜਿਸ ਬਾਰੇ ਤੁਸੀਂ ਮਹਾਰਾਣੀ ਜਿੰਦਾ ਵਾਲੀ ਵੀਡੀਓ ਵਿੱਚ ਸੁਣ ਸਕਦੇ ਹੋ। ਤੇ ਹੁਣ ਦੂਜੇ ਪਾਸੇ ਦਲੀਪ ਸਿੰਘ ਹਰ ਰੋਜ਼ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕ ਕੇ ਵਾਪਸ ਆ ਜਾਂਦਾ, ਉਸ ਨੂੰ ਕਥਾ ਤੇ ਇਤਿਹਾਸ ਬਾਰੇ ਦੱਸਣਾ ਬੰਦ ਕਰ ਦਿੱਤਾ ਤੇ ਨਾਲ ਦੀ ਨਾਲ ਸਿੱਖ ਫੌਜਾਂ ਵਿੱਚ ਤੇ ਅੰਗਰੇਜ਼ਾਂ ਵਿੱਚ ਬਗਾਵਤਾਂ ਚੱਲਦੀਆਂ ਰਹਿੰਦੀਆਂ। 1847 ਵਿੱਚ ਜਦੋਂ ਲਾਰੰਸ ਤੇ ਮਹਾਰਾਜਾ ਘੋੜੇ ਤੇ ਸੈਰ ਕਰਨ ਲਈ ਗਏ ਤਾਂ ਪਿੱਛੋਂ ਮਹਾਰਾਣੀ ਜਿੰਦਾ ਨੂੰ ਸੇਖੂਪੁਰ ਕਿਲੇ ਵਿੱਚ ਭੇਜ ਦਿੱਤਾ। ਇੱਥੋਂ ਮਾਂ ਪੁੱਤ ਦੋਵੇਂ ਅਲੱਗ ਹੋ ਗਏ ਤੇ 29 ਮਾਰਚ 1849 ਨੂੰ ਉਹ ਦਿਨ ਸੀ ਜਦੋਂ ਮਹਾਰਾਜਾ ਦਲੀਪ ਸਿੰਘ ਨੂੰ ਆਖਰੀ ਵਾਰ ਸਿੱਖ ਰਾਜ ਦੇ ਸਿੰਘਾਸਣ ਤੇ ਬਿਠਾਇਆ ਗਿਆ। ਉਸ ਸਮੇਂ ਦਲੀਪ ਸਿੰਘ ਦੀ ਉਮਰ 10 ਸਾਲ 6 ਮਹੀਨੇ 26 ਦਿਨ ਦੀ ਸੀ। ਇਸ ਦਿਨ ਅੰਗਰੇਜ਼ ਨੇ ਦਲੀਪ ਸਿੰਘ ਅੱਗੇ ਕੋਹੀਨੂਰ ਹੀਰਾ ਇੰਗਲੈਂਡ ਦੀ ਮਾਲਕਾਂ ਨੂੰ ਭੇਟ ਕਰਨ ਦੀ ਸ਼ਰਤ ਰੱਖੀ ਸੀ, ਪਰ ਉਸ ਬਾਲਕ ਨੂੰ ਕੀ ਪਤਾ ਸੀ ਕਿ ਉਸ ਦਿਨ ਉਸਦੀ ਰਿਆਸਤ ਲੁੱਟਣ ਵਾਲੀ ਸੀ। ਤੇ ਫਿਰ ਦੇਖਦੇ ਹੀ ਦੇਖਦੇ ਇਸ ਤੋਂ ਬਾਅਦ ਦਲੀਪ ਸਿੰਘ ਨੂੰ ਪੈਨਸ਼ਨ ਲਗਾ ਕੇ ਪੰਜਾਬ ਦੇ ਰਾਜ ਨੂੰ ਖਤਮ ਹੋਣ ਦਾ ਐਲਾਨ ਕਰ ਦਿੱਤਾ ਤੇ ਡਲਹੌਜੀ ਨੇ ਜਲੰਧਰ ਤੋਂ ਡਾਕਟਰ ਸਰ ਜਾਨ ਨੂੰ ਬੁਲਾ ਕੇ ਮਹਾਰਾਜਾ ਦਲੀਪ ਸਿੰਘ ਦਾ ਰੱਖਿਅਕ ਬਣਾਇਆ, ਜਾਂ ਕਹਿ ਲਓ ਕਿ ਦਲੀਪ ਸਿੰਘ ਨੂੰ ਉਸਦੀ ਕੈਦ ਵਿੱਚ ਦੇ ਦਿੱਤਾ। ਦਲੀਪ ਸਿੰਘ ਦੇ ਸਲਾਹਕਾਰਾਂ ਨੇ ਵੀ ਉਸਦੇ ਕੰਨਾਂ ਵਿੱਚ ਇਹ ਚੀਜ਼ ਪਾਈ ਕਿ ਉਸਦਾ ਸਭ ਤੋਂ ਵਧੇਰੇ ਸ਼ੁਭ ਚਿੰਤਕ ਸਰ ਜੌਨ ਹੀ ਹੈ। ਸਰ ਜੌਨ ਲਾਗਨ ਨੇ ਸਭ ਤੋਂ ਪਹਿਲਾਂ ਆ ਕੇ ਪਹਿਲਾ ਕੰਮ ਤੋਸ਼ੇਖਾਨੇ ਵਿੱਚੋਂ ਬਹੁਮੁੱਲੇ ਹੀਰੇ, ਜਵਰਾਤ, ਨੀਲਮ, ਪਖਰਾਜ, ਹੀਰਿਆਂ ਨਾਲ ਜੜੀਆਂ ਤਲਵਾਰਾਂ, ਸੋਨੇ ਦੇ ਭਾਂਡੇ, ਇਹ ਸਾਰਾ ਕੁਝ ਇੰਗਲੈਂਡ ਭੇਜਿਆ ਤੇ ਬਾਅਦ ਵਿੱਚ ਬਾਲਕ ਦਲੀਪ ਸਿੰਘ ਦਾ ਦਿਮਾਗ ਬਦਲਣਾ ਸ਼ੁਰੂ ਕੀਤਾ। ਉਸ ਸਮੇਂ ਦਲੀਪ ਸਿੰਘ ਬਹੁਤ ਇਕੱਲਾ ਸੀ, ਨਾ ਪਿਤਾ ਦਾ ਪਿਆਰ ਨਾ ਮਾਂ ਦਾ ਪਿਆਰ, ਉਸ ਕੋਲ ਹੁਣ ਮਿੱਤਰ ਸਿਰਫ ਸਰ ਜੌਨ ਲਾਗਨ ਹੀ ਸੀ। ਸੋ ਹੁਣ ਤੁਸੀਂ ਸੋਚ ਸਕਦੇ ਹੋ ਕਿ ਬੱਚੇ ਦੀ ਇਸ ਵਿੱਚ ਕੀ ਗਲਤੀ ਹੈ। ਤੇ ਤੁਹਾਨੂੰ ਦੱਸਦੀ ਕਿ ਲਾਗਨ ਨੇ ਵੀ ਬਾਅਦ ਵਿੱਚ ਲਿਖਿਆ ਸੀ ਕਿ ਦਲੀਪ ਸਿੰਘ ਇੱਕ ਬਹੁਤ ਹੁਸ਼ਿਆਰ ਬੱਚਾ ਹੈ ਤੇ ਉਸਦੀ ਬੁੱਧੀ ਇੰਨੀ ਤੇਜ਼ ਹੈ ਕਿ ਉਹ ਸਾਹਮਣੇ ਵਾਲੇ ਨੂੰ ਮਿੰਟਾਂ ਵਿੱਚ ਜਾਂਚ ਪਰਖ ਲੈਂਦਾ ਹੈ ਤੇ ਇਸ ਤਰ੍ਹਾਂ ਕੋਈ ਅੰਗਰੇਜ਼ ਬੱਚਾ ਵੀ ਨਹੀਂ ਕਰ ਸਕਦਾ। ਹੁਣ ਅੰਗਰੇਜ਼ਾਂ ਵੱਲੋਂ ਪਾਲਣ ਪੋਸ਼ਣ ਕਾਰਨ ਦਲੀਪ ਸਿੰਘ ਨੂੰ ਪਤਾ ਹੀ ਨਹੀਂ ਲੱਗਿਆ ਕਿ ਉਹ ਕਦੋਂ ਉਹਨਾਂ ਵਾਂਗ ਵਿਚਰਨ ਲੱਗਿਆ। ਪਰ ਲਾਗਨ ਨੇ ਦਲੀਪ ਸਿੰਘ ਨੂੰ ਧਾਰਮਿਕ ਵਿੱਦਿਆ ਤੋਂ ਵੀ ਹਟਾ ਲਿਆ ਤੇ ਪੰਜਾਬੀ ਪੜ੍ਹਨੋਂ ਵੀ ਹਟਾ ਲਿਆ ਤੇ ਹੁਣ ਉਸਦਾ ਗੁਰਬਾਣੀ ਸੁਣਨਾ, ਸ਼ਬਦ ਦੀ ਕਥਾ ਤੇ ਸਿੱਖ ਇਤਿਹਾਸ ਸੁਣਨਾ ਵੀ ਬੰਦ ਕਰ ਦਿੱਤਾ ਤੇ ਦਲੀਪ ਸਿੰਘ ਦੇ ਦਿਮਾਗ ਵਿੱਚ ਇਹ ਭਰਿਆ ਗਿਆ ਕਿ ਉਸਦੇ ਸਭ ਤੋਂ ਵੱਡੇ ਦੁਸ਼ਮਣ ਸਿੱਖ ਨੇ। ਸਿੱਖਾਂ ਖਿਲਾਫ਼ ਉਸਦੇ ਮਨ ਵਿੱਚ ਨਫ਼ਰਤ ਭਰੀ ਗਈ। ਇਸਦਾ ਦਲੀਪ ਸਿੰਘ ਦੇ ਦਿਮਾਗ 'ਤੇ ਅਸਰ ਵੀ ਹੋਇਆ ਅਤੇ 11 ਦਸੰਬਰ 1849 ਨੂੰ ਡਲਹੌਜੀ ਨੇ ਦਲੀਪ ਸਿੰਘ ਨੂੰ ਦੇਸ਼ ਨਿਕਾਲੇ ਦਾ ਹੁਕਮ ਦੇ ਦਿੱਤਾ ਅਤੇ ਉਸਨੂੰ ਯੂਪੀ ਭੇਜਣ ਦੇ ਹੁਕਮ ਦੇ ਦਿੱਤੇ ਅਤੇ ਫਿਰ 21 ਦਸੰਬਰ ਨੂੰ ਸਵੇਰੇ ਉੱਠ ਕੇ ਸਰਦਾਰ ਦਲੀਪ ਸਿੰਘ ਆਪਣੇ ਪਿਤਾ ਸ਼ੇਰੇ ਪੰਜਾਬ ਦੀ ਸਮਾਧ ਉੱਤੇ ਫੁੱਲ ਚੜ੍ਹਾਉਣ ਗਿਆ ਅਤੇ ਉੱਥੇ ਬੈਠ ਕੇ ਦਲੀਪ ਸਿੰਘ ਖੂਬ ਰੋਇਆ। ਉਹ ਸਮਝ ਗਿਆ ਸੀ ਕਿ ਉਹ ਹੁਣ ਉਮਰ ਭਰ ਇਸ ਧਰਤੀ ਦੇ ਦਰਸ਼ਨ ਨਹੀਂ ਕਰ ਸਕੇਗਾ ਤੇ ਇਸ ਤੋਂ ਬਾਅਦ ਉਸਨੇ ਲਾਹੌਰ ਛੱਡਿਆ ਤੇ ਲੋਕਾਂ ਵਿੱਚ ਇਹ ਅਫਵਾਹ ਫੈਲਾਈ ਕਿ ਉਹ ਤੀਰਥ ਯਾਤਰਾ ਲਈ ਜਾ ਰਿਹਾ ਹੈ ਤਾਂ ਕਿ ਦੇਸ਼ ਨਿਕਾਲੇ ਦੀ ਖ਼ਬਰ ਸੁਣ ਕੇ ਕੋਈ ਹਿਲਜੁਲ ਨਾ ਹੋ ਜਾਵੇ। ਯੂਪੀ ਵਿੱਚ ਉਸਨੂੰ ਇਤਿਹਾਸ ਦੱਸਣ ਦਾ ਕੰਮ ਪੰਡਿਤ ਭਜਨ ਲਾਲ ਨੂੰ ਦਿੱਤਾ ਗਿਆ, ਜਿਹੜਾ ਆਪ ਵੀ ਈਸਾਈ ਬਣ ਗਿਆ ਸੀ। ਉਸ ਨੇ ਦਲੀਪ ਸਿੰਘ ਦੇ ਮਨ ਵਿੱਚ ਬਿਠਾਇਆ ਕਿ ਸਿੱਖ, ਹਿੰਦੂ ਤੇ ਮੁਸਲਮਾਨ ਧਰਮ ਝੂਠੇ ਨੇ ਤੇ ਇੱਕੋ ਇੱਕ ਸੱਚਾ ਧਰਮ ਹੈ ਜੋ ਕਿ ਈਸਾਈ ਹੈ। ਮੈਂ ਖੁਦ ਵੀ ਬਦਲਿਆ ਤੇ ਇਸ ਤਰ੍ਹਾਂ ਦੀਆਂ ਗੱਲਾਂ ਆਪਣੇ ਆਸ ਪਾਸ ਹੁੰਦੀਆਂ ਵੇਖ ਕੇ ਦਲੀਪ ਸਿੰਘ ਆਪਣੇ ਨਾਲ ਦੇ ਲੋਕਾਂ ਨੂੰ ਈਸਾਈ ਬਣਨ ਦੀ ਆਪਣੀ ਇੱਛਾ ਦੱਸਣ ਲੱਗਿਆ। ਆਪਣੇ ਧਰਮ ਨੂੰ ਗਲਤ ਕਹਿਣ ਲੱਗ ਪਿਆ ਕਿਉਂਕਿ ਉਸ ਨੂੰ ਦੇਖਣ ਨੂੰ ਹੀ ਉਹੀ ਕੁਝ ਮਿਲ ਰਿਹਾ ਸੀ ਤੇ ਉਸ ਤੋਂ ਖੱਤ ਵੀ ਲਿਖਾਏ ਗਏ ਜਿਸ ਵਿੱਚ ਉਹ ਈਸਾਈ ਬਣਨ ਦੀ ਇੱਛਾ ਪ੍ਰਗਟ ਕਰਦਾ। ਸੋ ਇੱਥੇ ਆਪਾਂ ਇਹ ਨਹੀਂ ਕਹਿ ਸਕਦੇ ਕਿ ਦਲੀਪ ਸਿੰਘ ਦੀ ਗਲਤੀ ਸੀ ਕਿਉਂਕਿ ਉਸ ਨੂੰ ਮਾਹੌਲ ਹੀ ਇਸ ਤਰ੍ਹਾਂ ਦਾ ਮਿਲਿਆ। ਸੋ ਕਿਸੇ ਵੀ ਬੱਚੇ ਨੂੰ ਇਸ ਤਰ੍ਹਾਂ ਦਾ ਜੇਕਰ ਮਾਹੌਲ ਮਿਲੇਗਾ ਸ਼ੁਰੂ ਤੋਂ ਤਾਂ ਉਸ ਨਾਲ ਸੇਮ ਇੱਦਾਂ ਹੀ ਹੋਵੇਗਾ। ਸੋ ਜੇਕਰ ਅਸੀਂ ਕਿਸੇ ਬੱਚੇ ਨੂੰ
ਨੂੰ ਸਿੱਖ ਧਰਮ ਵਿੱਚ ਵੱਡਾ ਕਰਾਂਗੇ ਤਾਂ ਉਹ ਸਿੱਖ ਬਣੇਗਾ। ਤੇ ਆਖਰ ਡਲਹੌਜੀ ਦੀ ਦੇਖ ਰੇਖ ਵਿੱਚ 8 ਮਾਰਚ 1853 ਨੂੰ ਦਲੀਪ ਸਿੰਘ ਨੂੰ ਬੈਪਤਿਸਮਾ ਦੇ ਕੇ ਈਸਾਈ ਬਣਾ ਲਿਆ ਗਿਆ ਤੇ ਉਹਦੇ ਕੇਸ ਵੀ ਕਤਲ ਕਰ ਦਿੱਤੇ ਗਏ। ਉਸ ਵੇਲੇ ਉਸਦੀ ਉਮਰ 14 ਸਾਲ 6 ਮਹੀਨੇ ਤੇ 4 ਦਿਨ ਦੀ ਸੀ। ਦਲੀਪ ਸਿੰਘ ਨੂੰ ਇੰਗਲੈਂਡ ਦੀ ਧਰਤੀ ਨੂੰ ਜੰਨਤ ਬਣਾ ਕੇ ਦੱਸਿਆ ਗਿਆ। ਉੱਥੋਂ ਦੀਆਂ ਕਹਾਣੀਆਂ ਸੁਣਾਈਆਂ ਜਾਂਦੀਆਂ ਜਿਸ ਨਾਲ ਮਹਾਰਾਜਾ ਦੇ ਦਿਲ ਵਿੱਚ ਵੀ ਇੰਗਲੈਂਡ ਵੇਖਣ ਦੀ ਇੱਛਾ ਜ਼ੋਰ ਫੜਨ ਲੱਗੀ ਤੇ ਹੁਣ ਉਸਦਾ ਦੋਸਤ ਲਾਗਨ ਤਾਂ ਹੈ ਹੀ ਸੀ ਇੰਗਲੈਂਡ ਦਾ ਤੇ ਉਸ ਨੂੰ ਫਿਰ ਦਲੀਪ ਸਿੰਘ ਵੱਲੋਂ ਫਰਮਾਇਸ਼ ਪਾਈ ਜਾਂਦੀ ਹੈ। ਇਹ ਦਲੀਪ ਸਿੰਘ ਨੂੰ ਲੱਗਦਾ ਅਸਲ ਵਿੱਚ ਫਰਮਾਇਸ਼ ਪਾਉਣ ਦੇ ਬੰਦੋਬਸਤ ਉਹਨਾਂ ਵੱਲੋਂ ਹੀ ਕੀਤੇ ਗਏ ਸੀ ਤੇ ਅਖੀਰ ਲਾਗਨ ਨੇ ਡਲਹੌਜੀ ਨੂੰ ਚਿੱਠੀਆਂ ਲਿਖ ਕੇ ਦਲੀਪ ਸਿੰਘ ਦਾ ਇੰਗਲੈਂਡ ਜਾਣ ਦਾ ਬੰਦੋਬਸਤ ਕਰਵਾ ਦਿੱਤਾ ਤੇ 19 ਅਪ੍ਰੈਲ 1854 ਨੂੰ ਮਹਾਰਾਜਾ ਦਲੀਪ ਸਿੰਘ ਬਲੈਤ ਜਾਣ ਵਾਸਤੇ ਕਲਕੱਤੇ ਤੋਂ ਜਹਾਜ਼ ਚੜ੍ਹੇ। ਕਲਕੱਤੇ ਤੋਂ ਇੰਗਲੈਂਡ ਦੇ ਸਫ਼ਰ ਵਿੱਚ ਦਲੀਪ ਸਿੰਘ ਵੱਖ ਵੱਖ ਥਾਵਾਂ ਜਿਵੇਂ ਸਿਕੰਦਰੀਆ, ਮਿਸਰ ਤੇ ਹੋਰ ਅਜਿਹੇ ਦੇਸ਼ ਘੁੰਮਦਿਆਂ 1854 ਦੀ ਜੂਨ ਦੇ ਅੱਧ ਤੱਕ ਇੰਗਲੈਂਡ ਪਹੁੰਚ ਗਿਆ। ਉੱਥੇ ਮਹਾਰਾਜਾ ਲਈ ਉਸਦਾ ਅਲੱਗ ਮਕਾਨ ਬਣਾਇਆ ਜਾ ਰਿਹਾ ਸੀ ਤੇ ਉਸ ਸਮੇਂ ਮਹਾਰਾਜਾ ਦਲੀਪ ਸਿੰਘ ਬਹੁਤ ਹੀ ਸੋਹਣਾ ਸੀ ਜਿਸ ਕਰਕੇ ਉੱਥੇ ਉਸਦਾ ਬਹੁਤ ਪ੍ਰਭਾਵ ਪਿਆ। ਮਹਾਰਾਜਾ ਨੂੰ ਇੰਗਲੈਂਡ ਲਿਜਾਣ ਦਾ ਕਾਰਨ ਇਹ ਸੀ ਕਿ ਉਹ ਪੰਜਾਬ ਵਿੱਚ ਰਹਿ ਕੇ ਕੋਈ ਬਗਾਵਤ ਨਾ ਕਰ ਸਕੀ। ਇੰਗਲੈਂਡ ਦੀ ਮਲਕਾ ਵਿਕਟੋਰੀਆ ਨਾਲ ਦਲੀਪ ਸਿੰਘ ਨੂੰ ਮਿਲਣ ਦੀ ਇਜਾਜ਼ਤ ਸੀ। ਉੱਥੇ ਮਲਕਾ ਵਿਕਟੋਰੀਆ ਨੇ ਮਹਾਰਾਜ ਨੂੰ ਤਸਵੀਰ ਬਣਾਉਣ ਵਾਸਤੇ ਹਫ਼ਤੇ ਵਿੱਚ 2 ਵਾਰ ਬਕਿੰਗਮ ਪੈਲਸ ਆਉਣ ਦੀ ਆਗਿਆ ਦਿੱਤੀ। ਮਤਲਬ ਉਸ ਸਮੇਂ ਰਾਜੇ ਮਹਾਰਾਜੇ ਆਪਣੀ ਹੂਬਹੂ ਪੇਂਟਿੰਗ ਬਣਵਾਉਂਦੇ ਸੀ ਜੋ ਦਲੀਪ ਸਿੰਘ ਨੇ ਵੀ ਬਣਵਾਈਆਂ। ਇੱਥੇ ਹੀ ਮਹਾਰਾਜ ਨੂੰ ਪਹਿਲੀ ਵਾਰ ਦੇਖਣ ਲਈ ਮਲਕਾ ਵਿਕਟੋਰੀਆ ਨੇ ਕੋਹੀਨੂਰ ਹੀਰਾ ਦਿੱਤਾ ਸੀ ਜਿਸ ਨੂੰ ਮਹਾਰਾਜ ਨੇ ਦੇਖ ਕੇ ਵਾਪਸ ਮੋੜ ਦਿੱਤਾ ਤੇ ਉੱਥੇ ਦਲੀਪ ਸਿੰਘ ਨੂੰ ਇਹ ਕਹਿ ਕੇ ਲੈ ਗਏ ਸੀ ਕਿ ਤੁਸੀਂ ਸਿਰਫ ਉੱਥੇ 2 ਸਾਲ ਹੀ ਰਹਿਣਾ। ਪਰ ਜਦੋਂ ਦਲੀਪ ਸਿੰਘ ਨੇ ਦੁਬਾਰਾ ਆਉਣ ਲਈ ਚਿੱਠੀ ਲਿਖੀ ਤਾਂ ਉਹਨਾਂ ਨੂੰ ਕੁਝ ਮੁਲਕ ਘੁੰਮਣ ਦੀ ਇਜਾਜ਼ਤ ਦੇ ਦਿੱਤੀ ਗਈ ਤਾਂ ਜੋ ਇਹਨਾਂ ਮੁਲਕਾਂ ਵਿੱਚ ਘੁੰਮਣ ਤੋਂ ਬਾਅਦ ਇਹਨਾਂ 'ਤੇ ਗੋਰਿਆਂ ਦਾ ਪ੍ਰਭਾਵ ਪੈ ਸਕੇ। ਉਸ ਸਮੁੰਦਰੀ ਜਹਾਜ਼ ਦੇ ਕੈਨਸ, ਫਲੋਰੈਂਸ, ਰੋਮ, ਇਟਲੀ, ਪਾਂਡਾ, ਮਿਲਾਨ, ਤੁਰਨ ਤੇ ਹੋਰ ਕਈ ਸਾਰੇ ਦੇਸ਼ ਘੁਮਾਏ ਗਏ ਤੇ ਮਹਾਰਾਜਾ ਇਸ ਸਫ਼ਰ ਦੌਰਾਨ ਆਪਣੇ ਦੇਸ਼ ਨੂੰ ਭੁੱਲਿਆ ਰਿਹਾ। ਪਰ ਇਸ ਤੋਂ ਬਾਅਦ ਇੰਗਲੈਂਡ ਦੀ ਸਰਕਾਰ ਨੇ ਮਹਾਰਾਜੇ ਨੂੰ ਅਜਿਹੇ ਐਸ਼ੋ ਆਰਾਮ ਵਿੱਚ ਫਸਾਇਆ ਜਿਸ ਵਿੱਚ ਮਹਾਰਾਜ ਦੇ ਆਲੇ ਦੁਆਲੇ ਲੜਕੀਆਂ ਤੇ ਨਸ਼ਿਆਂ ਨੂੰ ਰੱਖਿਆ ਜਾਂਦਾ ਤਾਂ ਕਿ ਮਹਾਰਾਜਾ ਇਹਨਾਂ ਵਿੱਚ ਹੀ ਫਸਿਆ ਰਹੇ। ਪਰ ਫਿਰ 1861 ਵਿੱਚ ਮਹਾਰਾਜਾ ਕਲਕੱਤੇ ਆ ਕੇ ਆਪਣੀ ਮਾਂ ਨੂੰ ਮਿਲਿਆ ਤੇ ਜੁਲਾਈ 1861 ਵਿੱਚ ਉਹ ਆਪਣੀ ਮਾਂ ਨੂੰ ਲੈ ਕੇ ਇੰਗਲੈਂਡ ਪੁੱਜਿਆ ਤੇ ਪਹਿਲਾਂ ਮਹਾਰਾਜਾ ਈਸਾਈ ਧਰਮ ਵਿੱਚ ਬਹੁਤ ਸ਼ਰਧਾ ਰੱਖਦਾ ਸੀ ਤੇ ਗਿਰਜੇ ਵਿੱਚ ਵੀ ਜਾਂਦਾ। ਪਰ ਮਾਂ ਦੇ ਕੋਲ ਚਲੇ ਜਾਣ ਕਾਰਨ ਉਸਨੇ ਗਿਰਜੇ ਜਾਣਾ ਬੰਦ ਕਰ ਦਿੱਤਾ ਤੇ ਉਸਨੇ ਆਪਣੀ ਮਾਂ ਨੂੰ ਮਿਲ ਕੇ ਕਿਹਾ ਕਿ ਇੱਥੇ ਮੈਨੂੰ ਸਹਿਜਾਦਿਆਂ ਵਾਂਗ ਰੱਖਿਆ ਜਾਂਦਾ ਤੇ ਮਾਂ ਜਿੰਦਾ ਨੇ ਉਸਦੇ ਪਿਤਾ ਸ਼ੇਰੇ ਪੰਜਾਬ ਬਾਰੇ ਦੱਸਿਆ, ਉਸਦੇ ਆਪਣੇ ਰਾਜ ਭਾਗ ਬਾਰੇ ਦੱਸਿਆ, ਉਸਨੂੰ ਦੱਸਿਆ ਕਿ ਤੂੰ ਸਹਿਜਾਦਾ ਨਹੀਂ ਮਹਾਰਾਜਾ ਹੈ। ਇਸ ਦਾ ਚੰਗਾ ਅਸਰ ਦਲੀਪ ਸਿੰਘ ਤੇ ਪਿਆ ਤੇ 1 ਅਗਸਤ 1863 ਨੂੰ ਮਹਾਰਾਣੀ ਜਿੰਦਾ ਸਵਰਗਵਾਸ ਹੋ ਗਈ ਤੇ ਦਲੀਪ ਸਿੰਘ ਨੇ ਉਸਦਾ ਸੰਸਕਾਰ ਭਾਰਤ ਆ ਕੇ ਬੰਬਈ ਦੇ ਨੇੜੇ ਨਰਮਦਾ ਨਦੀ ਦੇ ਕੰਢੇ ਤੇ ਕੀਤਾ ਤੇ ਉੱਥੋਂ ਹੀ ਵਲੈਤ ਨੂੰ ਵਾਪਸ ਮੁੜ ਗਿਆ। ਬੰਬਈ ਤੋਂ ਵਾਪਸ ਮੁੜਦਾ ਹੋਇਆ ਮਹਾਰਾਜਾ ਦਲੀਪ ਸਿੰਘ ਸਿਕੰਦਰੀਆ ਉਤਰਿਆ। ਮਿਸਰ ਦੀ ਸੈਰ ਕਰਦਿਆਂ ਮਹਾਰਾਜੇ ਦੀ ਮੁਲਾਕਾਤ ਮਿਸ ਬੰਬਾ ਮੂਲਰ ਨਾਲ ਹੋਈ। 7 ਜੂਨ 1864 ਨੂੰ ਮਹਾਰਾਜੇ ਨੇ ਮਿਸ ਬੰਬਾ ਨਾਲ ਵਿਆਹ ਕਰਾ ਲਿਆ ਤੇ ਉੱਥੋਂ ਉਹ ਇੰਗਲੈਂਡ ਚਲਾ ਗਿਆ ਤੇ ਉੱਥੇ ਮਲਕਾ ਵਿਕਟੋਰੀਆ ਨੇ ਮਹਾਰਾਜੇ ਦੇ ਨਾਲ ਮਹਾਰਾਣੀ ਦਾ ਆਦਰ ਕੀਤਾ ਤੇ ਤੋਹਫੇ ਦਿੱਤੇ। ਮਹਾਰਾਣੀ ਬੰਬਾ ਮੂਲਰ ਤੋਂ ਮਹਾਰਾਜੇ ਦਲੀਪ ਸਿੰਘ ਦੇ 3 ਲੜਕੇ ਹੋਏ, ਸਹਿਜਾਦਾ ਵਿਕਟਰ, ਸਹਿਜਾਦਾ ਫੈਡਰਿਕ, ਸਹਿਜਾਦਾ ਐਡਵਰਡ ਤੇ 1 ਲੜਕੀ ਸਹਿਜਾਦੀ ਬੰਬਾ। ਜਦੋਂ ਮਹਾਰਾਜਾ ਦਲੀਪ ਸਿੰਘ ਦਾ ਪਰਿਵਾਰ ਬਣ ਗਿਆ ਤੇ ਦਲੀਪ ਸਿੰਘ ਨੂੰ ਮਹਾਰਾਣੀ ਦੀਆਂ ਗੱਲਾਂ ਯਾਦ ਆਉਣ ਲੱਗੀਆਂ ਤਾਂ
ਤਾਂ ਮਹਾਰਾਜ ਨੇ ਅੰਗਰੇਜ਼ ਹਕੂਮਤ ਖਿਲਾਫ਼ ਬਗਾਵਤ ਕਰਨ ਬਾਰੇ ਸੋਚਿਆ। ਉਸ ਨੇ 1859 ਨੂੰ ਇੰਗਲੈਂਡ ਦੇ ਪ੍ਰਸਿੱਧ ਅਖਬਾਰ ਟਾਈਮਸ ਵਿੱਚ ਇੱਕ ਖੁੱਲੀ ਚਿੱਠੀ ਛਪਵਾਈ, ਜਿਸ ਵਿੱਚ ਦਲੀਪ ਸਿੰਘ ਨੇ ਆਪਣੇ ਨਾਲ ਹੁੰਦੇ ਧੱਕੇ ਬਾਰੇ ਸਾਰਾ ਕੁਝ ਦੱਸਿਆ ਕਿ ਕਿਵੇਂ ਅੰਗਰੇਜ਼ ਸਰਕਾਰ ਨੇ ਉਸ ਦਾ ਦੇਸ਼ ਉਸ ਤੋਂ ਖੋ ਲਿਆ, ਕਿਵੇਂ ਅੰਗਰੇਜ਼ ਉਸ ਨਾਲ ਕੀਤੇ ਵਾਅਦਿਆਂ ਤੋਂ ਮੁੱਕਰ ਗਏ। ਇਸ ਚਿੱਠੀ ਵਿੱਚ ਉਸ ਨੇ ਆਪਣੀ ਮਿਲਣ ਵਾਲੀ ਪੈਨਸ਼ਨ ਤੇ ਮੌਤ ਤੋਂ ਬਾਅਦ ਉਸ ਦਾ ਘਰ ਢਾਉਣ ਦਾ ਜ਼ਿਕਰ ਵੀ ਕੀਤਾ ਤੇ ਕੋਹੇ ਨੂਰ ਹੀਰਾ ਖੋਣ ਬਾਰੇ ਵੀ ਦੱਸਿਆ। ਪਰ ਅਖਬਾਰ ਦੇ ਐਡੀਟਰ ਨੇ ਚਿੱਠੀ ਆਪਣੇ ਅਖਬਾਰ ਵਿੱਚ ਛਪਣ ਨਹੀਂ ਦਿੱਤੀ, ਬਲਕਿ ਦਲੀਪ ਸਿੰਘ ਨੂੰ ਚਿੱਠੀ ਲਿਖ ਕੇ ਉਸ ਦੀਆਂ ਹੀ ਗਲਤੀਆਂ ਕੱਢ ਦਿੱਤੀਆਂ ਤੇ ਦਲੀਪ ਸਿੰਘ ਨੂੰ ਪੈਸਿਆਂ ਦਾ ਭੁੱਖਾ ਦੱਸਿਆ, ਕਿਉਂਕਿ ਉਸ ਸਮੇਂ ਦਲੀਪ ਸਿੰਘ ਉੱਤੇ ਆਪਣਾ ਘਰ ਪਾਉਣ ਲਈ ਕੁਛ ਕਰਜ਼ਾ ਸੀ ਜੋ ਉਸਨੇ ਅੰਗਰੇਜ਼ ਸਰਕਾਰ ਤੋਂ ਲਿਆ ਸੀ, ਅਤੇ ਨਿਊਜ਼ ਪੇਪਰ ਵਾਲੇ ਐਡੀਟਰ ਨੇ ਇਹ ਕਿਹਾ ਕਿ ਇਹ ਆਪਣਾ ਕਰਜ਼ਾ ਉਤਾਰਨ ਲਈ ਅੰਗਰੇਜ਼ ਸਰਕਾਰ ਤੋਂ ਪੈਸੇ ਚਾਹੁੰਦਾ ਹੈ। ਇਸ ਕਰਕੇ ਇਸ ਨੇ ਇਸ ਤਰ੍ਹਾਂ ਦੀ ਚਿੱਠੀ ਲਿਖੀ ਹੈ। ਅਤੇ ਜਦੋਂ ਦਲੀਪ ਸਿੰਘ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਉਹ ਇਸ ਚਿੱਠੀ ਤੋਂ ਅਤੇ ਅੰਗਰੇਜ਼ ਸਰਕਾਰ ਤੋਂ ਬਹੁਤ ਜ਼ਿਆਦਾ ਨਾਰਾਜ਼ ਹੋ ਗਏ। ਉਹਨਾਂ ਨੇ ਮਨ ਬਣਾ ਲਿਆ ਕਿ ਹੁਣ ਉਹ ਬਲੈਤ ਵਾਲੀ ਜਾਇਦਾਦ ਵੇਚ ਕੇ ਆਪਣੇ ਪਰਿਵਾਰ ਨਾਲ ਭਾਰਤ ਜਾ ਕੇ ਵਸਣਗੇ। ਅਤੇ 15 ਸਤੰਬਰ 1885 ਨੂੰ ਮਹਾਰਾਜਾ ਨੇ ਲਾਰਡ ਹਟਿੰਗਟਨ ਨੂੰ ਚਿੱਠੀ ਲਿਖ ਕੇ ਹਿੰਦ ਜਾਣ ਬਾਰੇ ਪੁੱਛਿਆ ਅਤੇ 23 ਅਕਤੂਬਰ ਨੂੰ ਮਹਾਰਾਜੇ ਦੀ ਚਿੱਠੀ ਦਾ ਉੱਤਰ ਮਿਲ ਗਿਆ ਕਿ ਉਹ ਹਿੰਦੁਸਤਾਨ ਜਾ ਸਕਦਾ ਹੈ ਪਰ ਪੰਜਾਬ ਨਹੀਂ। ਹੁਣ ਘਰ ਛੱਡ ਕੇ ਤੁਰਨਾ ਬੜਾ ਔਖਾ ਹੁੰਦਾ ਹੈ, ਸੋ ਮਹਾਰਾਜੇ ਨੂੰ ਤਿਆਰੀ ਕਰਦਿਆਂ ਕਾਫ਼ੀ ਸਮਾਂ ਲੱਗ ਗਿਆ, ਪਰ ਇਹੀ ਸਮਾਂ ਉਹਨਾਂ 'ਤੇ ਭਾਰੀ ਪਿਆ। ਕਲਕੱਤੇ ਵਿੱਚ ਮਹਾਰਾਜਾ ਦਲੀਪ ਸਿੰਘ ਨੇ ਸਿੱਖ ਧਰਮ ਧਾਰਨ ਕਰਨ ਦਾ ਆਪਣੀ ਮਾਤਾ ਨਾਲ ਵਾਅਦਾ ਕੀਤਾ ਸੀ ਅਤੇ ਮਹਾਰਾਜਾ ਦੀ ਇੱਛਾ ਸੀ ਕਿ ਉਹ ਹੁਣ ਅੰਮ੍ਰਿਤਸਰ ਪਹੁੰਚ ਕੇ ਕੌਮ ਕੋਲੋਂ ਮਾਫ਼ੀ ਮੰਗੇਗਾ ਅਤੇ ਅਕਾਲ ਤਖ਼ਤ ਤੋਂ ਅੰਮ੍ਰਿਤ ਛਕੇਗਾ। ਇਸ ਦੇ ਲਈ ਉਸ ਨੇ ਭਾਰਤ ਨੂੰ ਕਾਫ਼ੀ ਚਿੱਠੀਆਂ ਵੀ ਲਿਖੀਆਂ, ਕਿਉਂਕਿ ਮਹਾਰਾਜੇ ਦਾ ਮਨ ਹੁਣ ਅੰਗਰੇਜ਼ ਸਰਕਾਰ ਤੋਂ ਖੱਟਾ ਹੋ ਗਿਆ ਸੀ ਅਤੇ ਦੂਜੇ ਪਾਸੇ ਮਹਾਰਾਜ ਨੂੰ ਇਹ ਵੀ ਡਰ ਸੀ ਕਿ ਕਿਤੇ ਅੰਗਰੇਜ਼ ਸਰਕਾਰ ਉਹਨਾਂ ਨੂੰ ਭਾਰਤ ਜਾਣ ਤੋਂ ਰੋਕ ਨਾ ਦੇਵੇ ਅਤੇ ਇਹੀ ਡਰ ਸੱਚਾ ਸਾਬਤ ਹੋਇਆ। ਅਪ੍ਰੈਲ 1886 ਨੂੰ ਜਦੋਂ ਦਲੀਪ ਸਿੰਘ ਅੰਦਨ ਪੁੱਜੇ, ਅੰਦਨ ਇੱਕ ਅਰਬ ਦੇਸ਼ ਦਾ ਸ਼ਹਿਰ ਹੈ, ਉੱਥੇ ਮਹਾਰਾਜੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਇਸ ਤੋਂ ਬਾਅਦ ਉੱਥੇ ਹੀ ਭਾਰਤ ਪਹੁੰਚਣ ਦੀ ਆਸ ਮਹਾਰਾਜੇ ਦੇ ਦਿਲੋਂ ਨਿਕਲ ਗਈ। ਅੰਦਨ ਵਿੱਚ ਸਿੱਖ ਫੌਜ ਠਹਿਰੀ ਹੋਈ ਸੀ, ਉੱਥੇ ਹੀ ਮਹਾਰਾਜੇ ਨੇ ਫੌਜੀ ਪੰਜ ਪਿਆਰਿਆਂ ਕੋਲੋਂ ਅੰਮ੍ਰਿਤ ਛਕਿਆ ਅਤੇ ਇਸ ਦਾ ਜ਼ਿਕਰ ਉਹਨਾਂ ਨੇ ਇੱਕ ਚਿੱਠੀ ਵਿੱਚ ਕੀਤਾ। ਆਈ ਰੀ ਅੰਬਰੇਸਡ ਸਿੱਖਿਜ਼ਮ ਵਾਇਲ ਸਟੇਇੰਗ ਐਟ ਐਡਨ। ਸੋ ਉਹਨਾਂ ਨੇ ਲਿਖਿਆ ਕਿ ਜਦੋਂ ਮੈਂ ਐਡਨ ਵਿੱਚ ਠਹਿਰਿਆ ਹੋਇਆ ਸੀ, ਉਦੋਂ ਮੈਂ ਦੁਬਾਰਾ ਸਿੱਖ ਧਰਮ ਅਪਣਾ ਲਿਆ ਅਤੇ ਜਿਸ ਤੋਂ ਬਾਅਦ ਮਹਾਰਾਜਾ ਦੀ ਪਤਨੀ ਅਤੇ ਉਹਨਾਂ ਦੇ ਬੱਚੇ ਵਾਪਸ ਇੰਗਲੈਂਡ ਚਲੇ ਗਏ। ਪਰ ਦਲੀਪ ਸਿੰਘ ਨੇ ਇੰਗਲੈਂਡ ਜਾਣ ਤੋਂ ਇਨਕਾਰ ਕਰ ਦਿੱਤਾ, ਪਰ ਉਹਨਾਂ ਨੇ ਦਲੀਪ ਸਿੰਘ ਨੂੰ ਧੱਕੇ ਨਾਲ ਬੰਨ੍ਹ ਕੇ ਇੰਗਲੈਂਡ ਪਹੁੰਚਾ ਦਿੱਤਾ। ਸੋ ਹੁਣ ਉਹਨਾਂ ਦਾ ਦਿਲ ਟੁੱਟ ਗਿਆ ਸੀ ਅਤੇ ਹੁਣ ਉਹ ਸ਼ਰੇਆਮ ਕਹਿੰਦਾ ਸੀ ਕਿ ਜੋ ਮੇਰੇ ਕੋਲੋਂ 11 ਸਾਲ ਦੀ ਉਮਰ ਵਿੱਚ ਧੋਖੇ ਨਾਲ ਅਹਿਦਨਾਮੇ ਉੱਤੇ ਦਸਤਖਤ ਕਰਾ ਕੇ ਪੰਜਾਬ ਖੋਇਆ ਸੀ, ਹੁਣ ਮੈਨੂੰ ਉਹ ਅਹਿਦਨਾਮਾ ਪ੍ਰਵਾਨ ਨਹੀਂ। ਕਦੇ ਦਲੀਪ ਸਿੰਘ ਨੇ ਕੋਹੀਨੂਰ ਹੀਰਾ ਦੇਖ ਕੇ ਵਾਪਸ ਮਲਕਾਂ ਨੂੰ ਮੋੜ ਦਿੱਤਾ ਸੀ, ਪਰ ਹੁਣ ਉਹਨਾਂ ਦੇ ਮਨ ਦੀ ਹਾਲਤ ਇਸ ਤਰ੍ਹਾਂ ਦੀ ਹੋ ਗਈ ਸੀ ਕਿ ਜਦੋਂ ਉਹਨਾਂ ਨੇ ਇੱਕ ਦਿਨ ਮਾਲਿਕਾ ਵਿਕਟੋਰੀਆ ਨੂੰ ਕੋਹੀਨੂਰ ਹੀਰਾ ਪਹਿਨੇ ਹੋਏ ਵੇਖਿਆ ਤਾਂ ਉਹਨਾਂ ਨੇ ਉਸਦੇ ਮੂੰਹ 'ਤੇ ਹੀ ਕਹਿ ਦਿੱਤਾ ਕਿ ਇਹ ਹੀਰਾ ਮੇਰੇ ਪਿਤਾ ਦਾ ਹੈ, ਇਸ 'ਤੇ ਮਾਲਿਕਾ ਦਾ ਕੋਈ ਹੱਕ ਨਹੀਂ। ਅਤੇ ਇਸ ਤੋਂ ਬਾਅਦ ਮਾਲਿਕਾ ਨੇ ਆਪਣੇ ਨਿਰਾਦਰ ਬਾਰੇ ਕੋਈ ਕਾਨੂੰਨੀ ਕਾਰਵਾਈ ਤਾਂ ਨਹੀਂ ਕੀਤੀ, ਪਰ ਉਹ ਇਸ ਤੋਂ ਬਾਅਦ ਮਹਾਰਾਜ ਦੀ ਹਾਲਤ ਬਾਰੇ ਜਾਣ ਗਈ ਸੀ। ਹੁਣ ਦਲੀਪ ਸਿੰਘ ਨੂੰ ਇੰਗਲੈਂਡ ਵਿੱਚ ਰਹਿਣਾ ਨਰਕ ਤੋਂ ਵੀ ਭਾਰੂ ਲੱਗਣ ਲੱਗਿਆ, ਸੋ ਇਸ ਕਰਕੇ ਕਿਵੇਂ ਨਾ ਕਿਵੇਂ ਉਹ ਨੱਸ ਕੇ ਫਰਾਂਸ ਦੇ ਸ਼ਹਿਰ ਪੈਰਿਸ ਚਲੇ ਗਏ। ਉੱਥੇ ਮਹਾਰਾਜ ਨੇ ਉਹਨਾਂ ਦੇ ਵੱਡੇ ਵਜ਼ੀਰ ਨੂੰ ਬੇਨਤੀ ਕੀਤੀ ਕਿ ਉਹਨਾਂ ਨੂੰ ਪਾਂਡੀਚਰੀ ਪਹੁੰਚਾ ਦਿੱਤਾ ਜਾਵੇ, ਪਰ ਫਰਾਂਸ ਦੇ ਪ੍ਰਧਾਨ ਮੰਤਰੀ ਨੇ ਇਹ ਪ੍ਰਾਰਥਨਾ ਸਵੀਕਾਰ ਨਾ ਕੀਤੀ, ਕਿਉਂਕਿ ਉਹ ਜਿਹੜੇ ਦੇਸ਼ ਦੇ ਦਲੀਪ ਸਿੰਘ ਦੇ ਬਦਲੇ ਅੰਗਰੇਜ਼ਾਂ ਨਾਲ ਵਿਗੜਨਾ ਨਹੀਂ ਚਾਹੁੰਦੇ ਸੀ। ਪਰ ਉੱਥੋਂ ਦਲੀਪ ਸਿੰਘ ਇੱਕ ਆਇਰਿਸ਼ ਨਾਮ ਨਾਲ ਫਰਜ਼ੀ ਪਾਸਪੋਰਟ ਬਣਾ ਕੇ ਅਪ੍ਰੈਲ 1887 ਵਿੱਚ ਮਾਸਕੋ ਚਲੇ ਗਏ ਅਤੇ ਫਿਰ ਜੂਨ ਵਿੱਚ ਦਲੀਪ ਸਿੰਘ ਨੇ ਇੱਕ ਅਰਜ਼ੀ
ਰੂਸ ਦੇ ਬਾਦਸ਼ਾਹ ਦੀ ਸੇਵਾ ਵਿੱਚ ਭੇਜੀ। ਮਹਾਰਾਜ ਨੇ ਬੇਨਤੀ ਕੀਤੀ ਕਿ ਰੂਸ ਉਸ ਨੂੰ ਫੌਜੀ ਮਦਦ ਦੇਵੇ, ਜਿਸ ਦੀ ਮਦਦ ਨਾਲ ਉਹ ਦੁਬਾਰਾ ਪੰਜਾਬ ਦਾ ਮਾਲਕ ਬਣ ਸਕੇ। ਦਲੀਪ ਸਿੰਘ ਜੀ ਨੂੰ ਪੂਰੀ ਆਸ ਸੀ ਕਿ ਰੂਸ ਉਸ ਨੂੰ ਫੌਜੀ ਮਦਦ ਦੇਵੇਗਾ ਤੇ ਉਹ ਉੱਥੇ ਮਦਦ ਦੀ ਆਸ ਵਿੱਚ ਭਟਕਦੇ ਰਹੇ ਤੇ ਅਕਤੂਬਰ 1887 ਵਿੱਚ ਮਹਾਰਾਜੇ ਨੇ ਹਿੰਦੁਸਤਾਨ ਦੇ ਕੁਝ ਅਖ਼ਬਾਰਾਂ ਵਿੱਚ ਇੱਕ ਚਿੱਠੀ ਛਪਾਈ, ਜਿਸ ਵਿੱਚ ਉਸ ਨੇ ਦੱਸਿਆ ਕਿ ਮੈਂ ਰੂਸ ਦੀਆਂ ਫੌਜਾਂ ਦੀ ਮਦਦ ਨਾਲ ਆਪਣਾ ਰਾਜ ਵਾਪਸ ਲੈਣ ਵਾਸਤੇ ਹਿੰਦੁਸਤਾਨ ਆਉਣ ਵਾਲਾ ਹਾਂ ਤੇ ਉਹਨਾਂ ਨੇ ਦੇਸ਼ ਵਾਸੀਆਂ ਅੱਗੇ ਸਹਾਇਤਾ ਵਾਸਤੇ ਅਪੀਲ ਕੀਤੀ ਕਿ ਹਰ ਇੱਕ ਪੰਜਾਬੀ ਇੱਕ ਆਨਾ ਇੱਕ ਵਿਅਕਤੀ ਪ੍ਰਤੀ ਤੇ ਬਾਕੀ ਹਰ ਹਿੰਦੁਸਤਾਨੀ ਇੱਕ ਪੈਸਾ ਇੱਕ ਵਿਅਕਤੀ ਪ੍ਰਤੀ ਮਹੀਨਾ ਦੇਵੇ। ਸੋ ਹੁਣ ਲੋਕ ਕਿਸੇ ਮੰਗਤੇ ਨੂੰ ਪੈਸੇ ਤਾਂ ਦੇ ਸਕਦੇ ਸੀ, ਪਰ ਅੰਗਰੇਜ਼ਾਂ ਦੇ ਡਰ ਕਾਰਨ ਕਿਸੇ ਬੇਵਤਨ ਮਹਾਰਾਜੇ ਨੂੰ ਨਹੀਂ ਸੀ ਦੇ ਸਕਦੇ। ਸੋ ਉਸ ਸਮੇਂ ਮਹਾਰਾਜਾ ਅਸਲ ਵਿੱਚ ਜੇਬੋਂ ਖਾਲੀ ਸੀ ਤੇ ਹੁਣ ਉਹ ਕਈ ਕਈ ਦਿਨ ਢਿੱਡੋਂ ਭੁੱਖਾ ਮਾਸਕੋ ਦੇ ਬਾਜ਼ਾਰਾਂ ਵਿੱਚ ਰੁਲਦਾ ਫਿਰਦਾ ਸੀ। ਸੋ ਮੰਗਣਾ ਉਹਨਾਂ ਨੂੰ ਆਉਂਦਾ ਨਹੀਂ ਸੀ, ਆਪਣੇ ਆਪ ਦੇਣ ਵਾਲਾ ਕੋਈ ਉੱਥੇ ਹੈ ਨਹੀਂ ਸੀ। ਇੱਕ ਆਜ਼ਾਦ ਦੇਸ਼ ਦਾ ਰਾਜਾ ਬੇਵਤਨ ਹੋ ਕੇ ਰੂਸ ਤੋਂ ਫੌਜ ਦੀ ਆਸ ਲਾਈ ਬੈਠਾ ਸੀ ਤਾਂ ਕਿ ਉਹ ਫਿਰ ਤੋਂ ਆਪਣੇ ਲੋਕਾਂ ਨੂੰ ਦੇਸ਼ ਦੇ ਸਕੇ। ਤੇ ਉਸੇ ਸਮੇਂ ਮਹਾਰਾਜੇ ਦੇ ਉੱਤੇ ਕੁਦਰਤ ਨੇ ਇੱਕ ਹੋਰ ਮਾਰੂ ਸੱਟ ਮਾਰੀ। 15 ਦਸੰਬਰ 1887 ਨੂੰ ਮਹਾਰਾਣੀ ਬੰਬਾ ਮੋਲਰ ਲੰਡਨ ਵਿੱਚ ਚਲਾਣਾ ਕਰ ਗਈ, ਪਰ ਇਸ ਖ਼ਬਰ ਨੇ ਮਹਾਰਾਜੇ ਦਾ ਹੌਸਲਾ ਤੋੜ ਦਿੱਤਾ। ਉਹ ਸਾਰੀ ਦੁਨੀਆ ਵਿੱਚ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰਨ ਲੱਗ ਪਿਆ ਤੇ ਦੇਖਦੇ ਦੇਖਦੇ ਰੂਸ ਵੱਲੋਂ ਵੀ ਸਹਾਇਤਾ ਦੀ ਆਸ ਟੁੱਟ ਗਈ। ਭਲਾ ਉਸ ਗਰੀਬ ਬਦਲੇ ਅੰਗਰੇਜ਼ਾਂ ਨਾਲ ਕੌਣ ਬੈਰ ਸਹਿੜਦਾ ਤੇ ਅੰਗਰੇਜ਼ਾਂ ਤੋਂ ਬਦਲਾ ਲੈਣ ਦੀ ਤੜਪ ਮਹਾਰਾਜੇ ਦੇ ਦਿਲ ਦੀ ਦਿਲ ਵਿੱਚ ਹੀ ਰਹਿ ਗਈ। ਪੂਰਬੀ ਯੂਰਪ ਦੇ ਮੁਲਕਾਂ ਵਿੱਚ 2 ਸਾਲ ਖੱਜਲ ਖੁਆਰ ਹੋ ਕੇ 1890 ਵਿੱਚ ਮਹਾਰਾਜ ਫੇਰ ਪੈਰਿਸ ਆ ਗਿਆ, ਪਰ ਇਸ ਵੇਲੇ ਦਲੀਪ ਸਿੰਘ ਜੀ ਦੀ ਸਿਹਤ ਬਿਲਕੁਲ ਵਿਗੜ ਚੁੱਕੀ ਸੀ। ਮਹਾਰਾਜੇ ਦੀ ਬਿਮਾਰੀ ਦਾ ਹਾਲ ਸੁਣ ਕੇ ਉਹਦਾ ਵੱਡਾ ਪੁੱਤਰ ਪੈਰਿਸ ਆ ਗਿਆ ਤੇ ਦੋਹਾਂ ਪਿਓ ਪੁੱਤਰਾਂ ਨੇ ਸਾਰੀ ਰਾਤ ਦੁੱਖ ਸੁੱਖ ਸਾਂਝੇ ਕੀਤੇ। ਦਲੀਪ ਸਿੰਘ ਨੇ ਪੁੱਤਰ ਦੀ ਬੇਨਤੀ ਮੰਨ ਕੇ ਉਹਦੀ ਆਉਣ ਵਾਲੀ ਜ਼ਿੰਦਗੀ ਤੇ ਤਰਸ ਖਾ ਕੇ ਬਾਗੀ ਪਿਤਾ ਨੇ ਇੰਗਲੈਂਡ ਦੀ ਮਲਕਾ ਕੋਲੋਂ ਮਾਫ਼ੀ ਮੰਗਣ ਵਾਸਤੇ ਦਰਖਾਸਤ ਲਿਖ ਦਿੱਤੀ। ਮਹਾਰਾਜੇ ਨੂੰ ਆਸ ਤਾਂ ਨਹੀਂ ਸੀ, ਪਰ ਮਾਲਿਕਾ ਨੇ ਉਹਨਾਂ ਨੂੰ ਮਾਫ਼ੀ ਦੇ ਦਿੱਤੀ ਕਿਉਂਕਿ ਉਹ ਹੁਣ ਕੋਈ ਵਿਦਰੋਹ ਨਹੀਂ ਚਾਹੁੰਦੀ ਸੀ। ਤੇ ਅਗਸਤ 1890 ਵਿੱਚ ਦਲੀਪ ਸਿੰਘ ਇੰਗਲੈਂਡ ਵਿੱਚ ਆਪਣੇ ਘਰ ਐਲਵਿੰਡਨ ਗਿਆ ਤੇ ਆਪਣੀ ਪਿਆਰੀ ਮਹਾਰਾਣੀ ਦੀ ਕਬਰ ਉੱਤੇ ਬਹਿ ਕੇ ਰੱਜ ਰੱਜ ਰੋਇਆ। ਇਹਦਾ ਦਰਦ ਅਜੇ ਅੱਲਾ ਸੀ ਕਿ ਦਲੀਪ ਸਿੰਘ ਨੂੰ ਇੱਕ ਹੋਰ ਸਦਮਾ ਲੱਗਿਆ ਜਦੋਂ ਸਭ ਤੋਂ ਛੋਟਾ ਲੜਕਾ ਸਹਿਜਾਦਾ ਐਡਵਰਡ ਮਰ ਗਿਆ, ਜਿਸ ਨੂੰ ਮਹਾਰਾਣੀ ਬੰਬਾ ਦੇ ਖੱਬੇ ਹੱਥ ਦਫਨਾਇਆ ਗਿਆ। ਜਿਸ ਦੇਸ਼ ਨੂੰ ਦੁਨੀਆਂ ਦਾ ਸਵਰਗ ਕਹਿੰਦੇ ਨੇ, ਦੁਖੀ ਮਹਾਰਾਜੇ ਵਾਸਤੇ ਉਹ ਨਰਕਾਂ ਨਾਲੋਂ ਵੀ ਡਰਾਉਣਾ ਹੋ ਗਿਆ। ਮਹਾਰਾਜਾ ਸਦਾ ਲਈ ਇਸ ਦੇਸ਼ ਨੂੰ ਛੱਡ ਕੇ ਆਪਣੀ ਮੌਤ ਦੀ ਉਡੀਕ ਕਰਨ ਵਾਸਤੇ ਦੁਬਾਰਾ ਪੈਰਿਸ ਆ ਗਿਆ। ਜ਼ਿੰਦਗੀ ਦੇ ਆਖਰੀ 3 ਸਾਲ ਮਹਾਰਾਜ ਨੇ ਪੈਰਿਸ ਵਿੱਚ ਹੀ ਗੁਜ਼ਾਰੇ। ਸੋ ਜਿੱਥੇ ਦੁਨੀਆਂ ਭਰ ਵਿੱਚੋਂ ਲੋਕ ਆਪਣੀ ਜ਼ਿੰਦਗੀ ਦੇ 4 ਦਿਨ ਐਸ਼ ਕਰ ਲਈ ਜਾਂਦੇ ਨੇ, ਉਸ ਜਗ੍ਹਾ ਤੇ ਮਹਾਰਾਜਾ ਆਪਣੀ ਮੌਤ ਦੀ ਉਡੀਕ ਕਰਨ ਲਈ ਗਿਆ ਕਿਉਂਕਿ ਉਹ ਇੰਗਲੈਂਡ ਵਿੱਚ ਮਰਨਾ ਨਹੀਂ ਸੀ ਚਾਹੁੰਦਾ। ਸੋ ਕਿਹਾ ਜਾਂਦਾ ਹੈ ਕਿ ਆਉਣ ਵਾਲੇ ਸੁੱਖ ਦੀ ਆਸ ਉੱਤੇ ਦੁੱਖ ਭੋਗ ਲੈਣਾ ਆਸਾਨ ਹੁੰਦਾ ਹੈ, ਪਰ ਸ਼ਾਹੀ ਮਹਿਲਾਂ ਵਿੱਚ ਜਨਮ ਲੈ ਕੇ ਫਕੀਰਾਂ ਵਾਂਗ ਦਿਨ ਕੱਟਣੇ ਬਹੁਤ ਔਖੇ ਹੁੰਦੇ ਨੇ। ਕਿਸੇ ਸਮੇਂ ਮੰਗਤਿਆਂ ਦੀ ਭੀੜ ਉੱਤੇ ਸੋਨੇ ਦੀਆਂ ਮੋਹਰਾਂ ਦੇ ਬੁੱਕ ਭਰ ਕੇ ਸੁੱਟਣ ਵਾਲਾ ਰਾਜਾ ਅੱਜ ਇੱਕ ਰੱਤੇ ਪੈਸੇ ਨੂੰ ਤਰਸ ਰਿਹਾ ਸੀ ਤੇ ਇਹਨਾਂ ਦੁੱਖਾਂ ਵਿੱਚ ਪੈਰਿਸ ਵਿੱਚ ਹੀ ਮਹਾਰਾਜ ਨੂੰ ਤਪਦਿਕ ਟੀਬੀ ਦਾ ਰੋਗ ਹੋ ਗਿਆ। ਸੋ ਇੱਥੇ ਤੁਹਾਨੂੰ ਦੱਸ ਦਈਏ ਕਿ ਮਹਾਰਾਣੀ ਬੰਬਾ ਮੁੱਲਰ ਦੇ ਸਵਰਗਵਾਸ ਹੋ ਜਾਣ ਪਿੱਛੋਂ ਦਲੀਪ ਸਿੰਘ ਨੇ ਪੈਰਿਸ ਵਿੱਚ ਇੱਕ ਅੰਗਰੇਜ਼ ਇਸਤਰੀ ਨਾਲ ਵਿਆਹ ਕਰਵਾ ਲਿਆ ਸੀ ਤੇ ਹੁਣ ਇਹਨਾਂ ਦੀ ਹਾਲਤ ਉੱਤੇ ਮੌਤ ਨੂੰ ਤਰਸ ਆ ਗਿਆ ਤੇ 24 ਅਕਤੂਬਰ 1893 ਨੂੰ ਮਹਾਰਾਜਾ ਦਲੀਪ ਸਿੰਘ ਨੇ ਪੈਰਿਸ ਦੇ ਗ੍ਰਾਂਡ ਹੋਟਲ ਵਿੱਚ ਆਪਣੇ ਪ੍ਰਾਣ ਤਿਆਗ ਦਿੱਤੇ ਤੇ 55 ਸਾਲ 1 ਮਹੀਨਾ ਤੇ 20 ਦਿਨ ਉਮਰ ਭੋਗ ਕੇ ਮਹਾਰਾਜਾ ਦਲੀਪ ਸਿੰਘ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ।
ਪੈਰਿਸ ਤੋਂ ਮਹਾਰਾਜੇ ਦੀ ਅਰਥੀ ਇੰਗਲੈਂਡ ਪਹੁੰਚਾਈ ਗਈ, ਜਿੱਥੇ ਫਰਾਂਸ ਦੇ ਵਜ਼ੀਰ ਕੁਈਨ ਵਿਕਟੋਰੀਆ, ਪ੍ਰਿੰਸ ਆਫ ਵੇਲਜ਼ ਵਰਗੇ ਹੋਰ ਕਈ ਵੱਡੇ ਬੰਦਿਆਂ ਨੇ ਮਹਾਰਾਜ ਦੀ ਅਰਥੀ ਸਜਾਉਣ ਵਾਸਤੇ ਮਾਤਮ ਵਜੋਂ ਫੁੱਲਾਂ ਦੇ ਹਾਰ ਭੇਜੇ। ਅੰਤ ਮਹਾਰਾਜਾ ਦਲੀਪ ਸਿੰਘ ਆਪਣੇ ਪਿਆਰੇ ਘਰ ਐਲਵੈਂਡਨ ਮਹਿਲ ਦੇ ਨੇੜੇ ਦੇ ਗਿਰਜੇ ਦੇ ਕਬਰਸਤਾਨ ਅੰਦਰ 29 ਅਕਤੂਬਰ 1893 ਨੂੰ ਮਹਾਰਾਣੀ ਬੰਬਾ ਮੁਲਰ ਦੇ ਲਾਗੇ ਦਫਨਾ ਦਿੱਤਾ ਗਿਆ ਤੇ ਉਹਨਾਂ ਦੇ ਲਾਗੇ ਹੀ ਉਹਨਾਂ ਦੇ ਛੋਟੇ ਪੁੱਤਰ ਐਡਵਰਡ ਦਲੀਪ ਸਿੰਘ ਦੀ ਵੀ ਕਬਰ ਹੈ। ਸੋ ਹੁਣ ਜਦੋਂ ਮਹਾਰਾਜਾ ਦਲੀਪ ਸਿੰਘ ਨੇ ਆਖਰੀ ਸਮੇਂ ਵਿੱਚ ਸਿੱਖ ਧਰਮ ਅਪਣਾ ਲਿਆ ਸੀ ਤਾਂ ਉਹਨਾਂ ਨੂੰ ਫਿਰ ਦਫਨਾਇਆ ਕਿਉਂ ਗਿਆ? ਸੋ ਇਸ ਦੇ ਪਿੱਛੇ ਦਾ ਅਸਲ ਕਾਰਨ ਇਹ ਹੈ ਕਿ ਅੰਗਰੇਜ਼ ਕਦੇ ਵੀ ਨਹੀਂ ਮੰਨੇ ਕਿ ਉਹਨਾਂ ਨੇ ਸਿੱਖ ਧਰਮ ਨੂੰ ਅਪਣਾਇਆ। ਉਹ ਮਹਾਰਾਜ ਨੂੰ ਈਸਾਈ ਹੀ ਮੰਨਦੇ ਸੀ। ਦੂਜਾ, ਉਹ ਮਹਾਰਾਜ ਨੂੰ ਆਪਣੇ ਕਬਜ਼ੇ ਵਿੱਚ ਰੱਖਣਾ ਚਾਹੁੰਦੇ ਸੀ ਤਾਂ ਕਿ ਮਹਾਰਾਜ ਦਾ ਮ੍ਰਿਤਕ ਸਰੀਰ ਪੰਜਾਬ ਭੇਜਣ ਤੇ ਵਿਦਰੋਹ ਨਾ ਹੋ ਜਾਵੇ। ਤੇ ਤੁਹਾਨੂੰ ਦੱਸ ਦਈਏ ਕਿ ਯੂਕੇ ਦੀ ਸੰਸਦ ਵਿੱਚ ਕਈ ਵਾਰ ਮਹਾਰਾਜਾ ਦਲੀਪ ਸਿੰਘ ਦੇ ਅਵਸ਼ੇਸ਼ ਨੂੰ ਪੰਜਾਬ ਲਿਜਾਣ ਦੀ ਮੰਗ ਉੱਠ ਚੁੱਕੀ ਹੈ। ਮਹਾਰਾਜਾ ਦਲੀਪ ਸਿੰਘ ਜੀ ਨੂੰ ਬਲੈਕ ਪ੍ਰਿੰਸ ਵੀ ਕਿਹਾ ਜਾਂਦਾ ਹੈ। ਸੋ ਇਹ ਇਸ ਕਰਕੇ ਕਿਹਾ ਜਾਂਦਾ ਸੀ ਕਿਉਂਕਿ ਜਦੋਂ ਮਹਾਰਾਜਾ ਆਪਣੀ ਜਵਾਨੀ ਵਿੱਚ ਇੰਗਲੈਂਡ ਵਿੱਚ ਸੀ ਤਾਂ ਉਹ ਅੰਗਰੇਜ਼ਾਂ ਤੋਂ ਥੋੜ੍ਹੇ ਅਲੱਗ ਹੋਣ ਕਰਕੇ ਉੱਥੇ ਕਾਫ਼ੀ ਮਸ਼ਹੂਰ ਸੀ, ਜਿਸ ਤੋਂ ਉਸਦੇ ਆਸ ਪਾਸ ਦੇ ਸਾਥੀਆਂ ਨੇ ਇੰਗਲੈਂਡ ਵਿੱਚ ਇਹ ਫੈਲਾਉਣਾ ਸ਼ੁਰੂ ਕੀਤਾ ਕਿ ਮਹਾਰਾਜ ਦਾ ਰੰਗ ਕਾਲਾ ਹੈ। ਮਤਲਬ ਇੱਕ ਤਰ੍ਹਾਂ ਦੀ ਅਫਵਾਹ ਫੈਲਾ ਦਿੱਤੀ ਤਾਂ ਕਿ ਜਿਨ੍ਹਾਂ ਲੋਕਾਂ ਨੇ ਮਹਾਰਾਜੇ ਨੂੰ ਨਹੀਂ ਦੇਖਿਆ ਸੀ ਉਹ ਉਸਨੂੰ ਬਲੈਕ ਹੀ ਸਮਝਣ, ਤੇ ਇਸ ਤਰ੍ਹਾਂ ਮਹਾਰਾਜੇ ਦੇ ਨਾਮ ਨਾਲ ਬਲੈਕ ਪ੍ਰਿੰਸ ਨਾਮ ਵੀ ਜੁੜ ਗਿਆ। ਮਹਾਰਾਜਾ ਦਲੀਪ ਸਿੰਘ ਦੀਆਂ 2 ਪਤਨੀਆਂ ਹੋਈਆਂ, ਬੰਬਾ ਮੁੱਲਰ ਤੇ ਆਡਾ ਡਗਲਸ ਬੈਦਰਲ, ਤੇ 8 ਬੱਚੇ, 6 ਪਹਿਲੇ ਵਿਆਹ ਤੋਂ, 2 ਦੂਜੇ ਵਿਆਹ ਤੋਂ ਸੀ, ਜਿਨ੍ਹਾਂ ਦੇ ਨਾਮ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ। ਤੇ ਇਹਨਾਂ 8 ਬੱਚਿਆਂ ਵਿੱਚੋਂ 4 ਬੱਚਿਆਂ ਦੀ ਅਚਾਨਕ ਮੌਤ ਹੋ ਗਈ, ਜਿਸ ਤੋਂ ਸ਼ੱਕ ਹੁੰਦਾ ਹੈ ਕਿ ਮਹਾਰਾਜ ਦੇ ਵੰਸ਼ ਨੂੰ ਅੱਗੇ ਵਧਣ ਤੋਂ ਰੋਕਣ ਲਈ ਅੰਗਰੇਜ਼ਾਂ ਦਾ ਹੱਥ ਹੋ ਸਕਦਾ ਹੈ। ਤੇ ਪੀਟਰ ਬੈਂਸ ਨੇ ਆਪਣੀ ਕਿਤਾਬ ਵਿੱਚ ਇਹ ਦਾਅਵਾ ਵੀ ਕੀਤਾ ਸੀ ਕਿ ਕੁਈਨ ਵਿਕਟੋਰੀਆ ਨੇ ਦਲੀਪ ਸਿੰਘ ਦੇ ਸਭ ਤੋਂ ਵੱਡੇ ਮੁੰਡੇ ਵਿਕਟਰ ਦੀ ਪਤਨੀ ਨੂੰ ਇਹ ਨਿਰਦੇਸ਼ ਦਿੱਤਾ ਸੀ ਕਿ ਉਸ ਨੇ ਦਲੀਪ ਸਿੰਘ ਦੇ ਵੰਸ਼ ਨੂੰ ਅੱਗੇ ਨਹੀਂ ਵਧਾਉਣਾ। ਤੇ ਇਹ ਲੇਖਕ ਨੇ ਇਹ ਦਾਅਵਾ ਵੀ ਕੀਤਾ ਕਿ ਦਲੀਪ ਸਿੰਘ ਦੇ ਵੰਸ਼ਾਂ ਨੂੰ ਅਜਿਹੀਆਂ ਦਵਾਈਆਂ ਵੀ ਦਿੱਤੀਆਂ ਗਈਆਂ ਜਿਸ ਨਾਲ ਵੰਸ਼ ਅੱਗੇ ਨਾ ਵੱਧ ਸਕੇ। ਸੋ ਇਸ ਗੱਲ ਵਿੱਚ ਕਿੰਨੀ ਕੁ ਸੱਚਾਈ ਹੈ ਇਹ ਤਾਂ ਨਹੀਂ ਪਤਾ, ਪਰ ਸੋਚਣ ਵਾਲੀ ਗੱਲ ਇਹ ਆ ਕਿ ਮਹਾਰਾਜ ਦੇ 8 ਬੱਚੇ ਹੋਣ ਦੇ ਬਾਵਜੂਦ ਵੀ ਕੋਈ ਪੋਤਾ ਪੋਤੀ ਨਹੀਂ ਹੈ। ਮਹਾਰਾਜਾ ਦਲੀਪ ਸਿੰਘ ਦੇ ਇੰਗਲੈਂਡ ਵਾਲਾ ਘਰ ਹੁਣ ਉਹਨਾਂ ਦੀ ਯਾਦ ਵਿੱਚ ਇੱਕ ਮਿਊਜ਼ੀਅਮ ਦੇ ਤੌਰ ਤੇ ਬਣਾ ਦਿੱਤਾ ਹੈ। ਉੱਥੇ ਇੰਗਲੈਂਡ ਵਿੱਚ ਹੋਰ ਵੀ ਕਈ ਥਾਵਾਂ ਦਲੀਪ ਸਿੰਘ ਦੀ ਯਾਦ ਵਿੱਚ ਬਣਾਈਆਂ ਗਈਆਂ ਨੇ ਤੇ ਪੰਜਾਬ, ਭਾਰਤ ਵਾਲਾ ਤੇ ਪਾਕਿਸਤਾਨ ਵਾਲਾ ਦੋਨੋਂ ਜਗ੍ਹਾ ਤੇ ਕੁਝ ਮਹਾਰਾਜਾ ਦਲੀਪ ਸਿੰਘ ਦੀਆਂ ਯਾਦਾਂ ਬਣੀਆਂ ਹੋਈਆਂ ਨੇ। ਸੋ ਇਹ ਕਹਾਣੀ ਪੜ੍ਹਨ ਤੇ ਸੁਣਨ ਤੋਂ ਬਾਅਦ ਮਹਾਰਾਜਾ ਦਲੀਪ ਸਿੰਘ ਦੀ ਜ਼ਿੰਦਗੀ ਤੇ ਸ਼ਾਹੀ ਗੁਲਾਮ ਸ਼ਬਦ ਬਿਲਕੁਲ ਸਹੀ ਟੁਕਦਾ ਹੈ। ਸੋ ਉਹਨਾਂ ਨੇ ਸ਼ਾਹੀ ਜ਼ਿੰਦਗੀ ਤਾਂ ਜ਼ਰੂਰ ਜਿਉਈ ਹੈ, ਪਰ ਉਹ ਅੰਗਰੇਜ਼ਾਂ ਦੁਆਰਾ ਗੁਲਾਮ ਹੀ ਰਹੇ। ਤੇ ਸ਼ਾਹੀ ਜ਼ਿੰਦਗੀ ਛੱਡ ਕੇ ਆਪਣੇ ਹੱਕਾਂ ਲਈ ਲੜਨਾ ਵੀ ਕਿਸੇ ਬਗਾਵਤ ਤੋਂ ਘੱਟ ਨਹੀਂ ਹੁੰਦਾ। ਸੋ ਇਹ ਵੀ ਇੱਕ ਬਹੁਤ ਵੱਡੀ ਗੱਲ ਹੈ। ਸੋ ਜੇ ਕਿਤੇ ਉਹਨਾਂ ਨੂੰ ਸਪੋਰਟ ਮਿਲ ਜਾਂਦੀ ਤਾਂ ਸ਼ਾਇਦ ਇਤਿਹਾਸ ਕੁਝ ਹੋਰ ਹੋਣਾ ਸੀ। ਸੋ ਜੇਕਰ ਤੁਹਾਨੂੰ ਇਹ ਇਨਫੋਰਮੇਸ਼ਨ ਵਧੀਆ ਲੱਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ। ਸਬਸਕ੍ਰਾਈਬ ਕਰਨ ਲਈ ਨਹੀਂ ਕਹਾਂਗੇ, ਜੇ ਕੰਟੈਂਟ ਵਧੀਆ ਲੱਗਿਆ ਤਾਂ ਤੁਸੀਂ ਆਪ ਹੀ ਕਰ ਦੇਣਾ। ਥੈਂਕ ਯੂ, ਧੰਨਵਾਦ।